ਨਾਨਕ ਸਿੰਘ ਦਾ ਨਾਵਲ ਕੋਈ ਹਰਿਆ ਬੂਟ ਰਹੀਦਾ ਤੀਸਰਾ ਅੰਕ ਖੁਦਾ ਜਬ ਹੁਸਨ ਦਿੰਦਾ ਹੈ ਨਜ਼ਾਕਤ ਆ ਹੀ ਜਾਂਦੀ ਹੈ ਇਹਨਾਂ ਤੁਕਾਂ ਦੇ ਰਚਨਹਾਰੇ ਦੀ ਸ਼ਾਇਰਾਨਾ ਅੱਖ ਸ਼ਾਇਦ ਹੁਸਨ ਤੱਕ ਹੀ ਸੀਮਤ ਰਹੀ ਹੋਵੇਗੀ ਜੇ ਕਦੀ ਉਹ ਇਸ ਤੋਂ ਅਗਾਹ ਨਜ਼ਰ ਮਾਰ ਕੇ ਤੱਕਦਾ ਤਾਂ ਇਸ ਥਾਂ ਤੇ یوں ਲਿਖਦਾ ਖੁਦਾ ਜਬ ਮਾਲ ਦਿੰਦਾ ਹੈ ਨਫਾਸਤ ਆ ਹੀ ਜਾਂਦੀ ਹੈ ਇਸ ਸੇ ਅਟੱਲ ਸੱਚਾਈ ਦਾ ਪ੍ਰਤੀਕ ਸੀ ਸਾਬਨਮਲ ਉਹਦੀ ਨਫਾਸਤ ਪਸੰਦੀ ਉਸੇ ਕਰਮ ਨਾਲ ਵੱਧਦੀ ਚਲੀ ਗਈ ਜਿਵੇਂ ਜਿਵੇਂ ਉਹਦੀ ਦੌਲਤ ਕਿੱਥੇ ਉਹ ਸੋਣੀ ਗੋਦੜੀ ਫਰੋਸ਼ ਜਿਹਨੂੰ ਪੱਗ ਬੰਨਣ ਦੀ ਵੀ ਜਾਚ ਨਹੀਂ ਸੀ ਇੱਕ ਲੜ ਮੋਢਿਆਂ ਤੇ ਦੂਜਾ ਗਲ 'ਚ ਤੇ ਕਿੱਥੇ ਅਜੋਕੇ ਚੋਹਾਨ ਸਾਹਿਬ ਜਿਨ੍ਹਾਂ ਦੇ ਸਿਰ ਤੇ ਨਫਾਸਤ ਇੰਜ ਹਰ ਵੇਲੇ ਸਵਾਰ ਰਹਿੰਦੇ ਜਿਵੇਂ ਜਿੰਨ ਚ ਮੜ ਗਿਆ ਹੋਵੇ ਤੇ ਫਿਰ ਜਦ ਨਫਾਸਤ ਪਸੰਦੀ ਦਾ ਇਹ ਰੋਗ ਆ ਸਾਧ ਹਾਲਤ ਤੱਕ ਜਾ ਪਹੁੰਚਿਆ ਤਉਨ ਦੇ ਅੰਦਰ ਕੁਝ ਹੋਰ ਤਰ੍ਹਾਂ ਦੀਆਂ ਕਾਮਨਾਵਾਂ ਵੀ ਜਾਗਣ ਲੱਗੀਆਂ। ਸਧਾਰਨ ਤੋਂ ਅਸਾਧਾਰਨ ਬਣਨ ਦੀਆਂ। ਭਲਾਈ ਜ਼ਿੰਦਗੀ ਵੀ ਕੋਈ ਜ਼ਿੰਦਗੀ ਹੈ। ਕੋਠੀਆਂ ਵਿੱਚ ਤਾਂ ਹਰੀ ਸਾਰੀ ਰਹਿੰਦਾ ਹੈ। ਕਾਰਾਂ ਤਾਂ ਅੱਜ ਨੱਥੂ ਖਹਿਰਿਆਂ ਨੇ ਰੱਖੀਆਂ ਹੋਈਆਂ ਨੇ। ਫਿਰ ਉਹਨਾਂ ਅੱਜ ਤੇ ਮੇਰੇ 'ਚ ਫਰਕ ਕੀ ਹੋਇਆ? ਆਖਰ ਕੁਝ ਤਾਂ ਮੇਰੇ 'ਚ ਐਸਾ ਹੋਣਾ ਚਾਹੀਦਾ ਹੈ ਜਿਹੜਾ ਕੁਦਰਤ ਨੇ ਹੋਰ ਕਿਸੇ ਨੂੰ ਵੀ ਪ੍ਰਦਾਨ ਨਾ ਕੀਤਾ ਹੋਵੇ। ਜਿਸ ਉੱਤੇ ਕੇਵਲ ਮੈਂ ਹੀ ਗੌਰਵ ਕਰ ਸਕਦਾ ਹੋਵਾਂ। ਇੱਕ ਲੰਮੀ ਸਮੇਂ ਤੱਕ ਚੋਹਾਨ ਸਾਹਿਬ ਦੇ ਦਿਲ ਦਿਮਾਗ ਉਤੇ ਇਹੋ ਰੀਜ છਾਈ ਚੱਲੀ ਆ ਰਹੀ ਸੀ ਜਿਹੜੀ ਉਹਨਾਂ ਨੂੰ ਕਿਸੇ ਵੀ ਕਰਵਟ ਚੈਨ ਨਹੀਂ ਸੀ ਲੈਣ ਦਿੰਦੀ ਰਾਤੀ ਸੁੱਤਿਆਂ-ਸੁੱਤਿਆਂ ਉਹਨਾਂ ਦੀ ਨੀਂਦ ਰੂ ਝਾਟ ਹੋ ਜਾਂਦੀ ਤੇ ਫਿਰ ਪੈਰਾਂ ਬੱਦੀ ਨੇੜੇ ਨਾ ਫਟਕਦੀ ਆਪਣੇ ਅੰਦਰਲੇ ਕਿਸੇ ਅਭਾਵ ਦੀ ਅਪੂਰਤੀ ਲਈ ਉਹਨਾਂ ਦੀ ਰੂਹ ਕਿਤੇ ਦੀ ਕਿਤੇ ਝਟਕਦੀ ਫਿਰਦੀ ਅਕਸਰ ਇਤਿਹਾਸਕ ਯਾਦਗਾਰਾਂ ਦੇ ਗਿਰਧ ਘੁੰਮਦੀ ਹੋਈ ਜਿਹੜੀ ਉਹਨਾਂ ਨੂੰ ਟੁੰਬਦੀ ਰਹਿੰਦੀ ਸਦੀਆਂ ਬੀਤ ਜਾਣ ਤੇ ਵੀ ਇਹਨਾਂ ਯਾਦਗਾਰਾਂ ਨੇ ਆਪਣੇ ਰਚਨਹਾਰਿਆਂ ਦੇ ਨਾਂ ਨੂੰ ਉਜਾਗਰ ਰੱਖਿਆ ਇਹੋ ਹੀ ਤਾਂ ਹੈ ਜ਼ਿੰਦਗੀ ਦਾ ਅਸਲ ਮਨੋਰਥ ਬਹੁਤ ਵਾਰੀ ਬਲਕਿ ਹਰ ਸੋਚਣੀ ਦੇ ਵਿਚਾਲੇ ਉਹਨਾਂ ਦੀ ਨਜ਼ਰ ਆਗਰੇ ਦੇ ਤਾਜਮਹਿਲ ਉੱਤੇ ਜਾ ਕੇ ਟਿਕ ਜਾਂਦੀ ਤੇ ਕਲਪਨਾ ਹੀ ਕਲਪਨਾ ਰਹੀ ਉਸੇ ਨਾਲ ਮਿਲਦਾ ਜੁਲਦਾ ਬਲਕਿ ਉਦੋਂ ਵੀ ਕਿਤੇ ਵੱਧ ਚੜ ਕੇ ਇੱਕ ਚੋਹਾਨ ਮਹਿਲ ਉਹਨਾਂ ਦੀਆਂ ਅੱਖਾਂ ਅੱਗੇ ਫਿਰਨ ਲੱਗ ਪੈਂਦਾ ਨਾਲੋਂ ਨਾਲ ਸੋਚੀ ਜਾਂਦੇ ਤਾਜ ਮਹਿਲ ਨਹੀਂ ਤਾਂ ਸ਼ਾਹਜਹਾਂ ਦੇ ਨਾਂ ਨੂੰ ਸਾਰੀ ਦੁਨੀਆ 'ਚ ਅਟੱਲ ਅਮਰ ਕਰ ਦਿੱਤਾ ਹੈ ਕਿੰਨੀ ਸਿਆਣਪ ਕੀਤੀ ਉਹਨੇ ਜਿੱਥੇ ਦੂਜੇ ਮੁਗਲ ਬਾਦਸ਼ਾਹ ਦੇ ਨਾਂ ਲੋਕਾਂ ਦੀ ਯਾਦ ਤੱਕ ਦੀ ਉਤੋਂ ਕਦੋਂ ਦੇ ਮਿਟ ਚੁੱਕੇ ਨੇ ਉਥੇ ਸ਼ਾਹਜਹਾਂ ਅੱਜ ਵੀ ਹਰ ਕਿਸੇ ਦੀ ਮਾਲਾ ਦਾ ਮਨਕਾ ਬਣਿਆ ਹੋਇਆ ਤੇ ਫਿਰ ਉਹ ਇਸ ਗੱਲ ਨੂੰ ਆਪਣੇ ਨਿਜਤਵ ਨਾਲ ਮੇਚਦੇ ਹੋਏ ਸੋਚਦੇ ਮੰਨਿਆ ਸ਼ਾਹਜਹਾਂ ਸ਼ਾਹਜਹਾਂਸੀ ਤੇ ਸਾਵਣਮਲ ਸਾਵਣਮਲਏ ਯਾਨੀ ਕਿ ਸਾਵਣਮਲ ਸ਼ਾਹਜਹਾਂ ਹੀ ਹੋ ਸਕਦਾ ਪਰ ਸ਼ਾਵਣ ਮਲੇ ਨਾ ਗਿਆ ਗੁਜ਼ਰਿਆ ਵੀ ਤਾਂ ਨਹੀਂ ਕਿ ਆਪਣਾ ਨਾਂ ਨੂੰ ਜੇ ਅਮਰ ਨਹੀਂ ਤਾਂ ਚਰਨ ਜੀਵਤ ਵਿਨਾ ਬਣਾ ਸਕੇ ਛੇਕੜ ਚੁੱਕੇ ਚਿਰ ਦੀਆਂ ਸੋਚਾਂ ਵਿਚਾਰਾਂ ਤੋਂ ਬਾਅਦ चौहान ਸਾਹਿਬ ਦੇ ਖਿਆਲੀ ਮੰਡਲਾਂ 'ਚ ਇੱਕ ਠੋਸ ਇੱਕ ਚਮਕਦੀ ਚੀਜ਼ ਉੱਭਰ ਆਈ ਇੱਕ ਐਸੀ ਕੋਠੀ ਦੇ ਰੂਪ 'ਚ ਜਿਹੜੀ ਕੋਠੀ ਹੁੰਦੀ ਹੋਈ ਵੀ ਤਾਜ ਨੂੰ ਸ਼ਰਮਾਉਣ ਵਾਲੀ ਹੋਵੇ ਮਾਡਰਨ ਕਿਸਮ ਦਾ ਤਾਜ ਜਿਹਨੂੰ ਵੇਖਣ ਵਾਲੀ ਹਰ ਅੱਖ ਤਾਜ ਵੱਲੋਂ ਬੇਮੁਖ ਹੋ ਜਾਏ ਇੱਕ ਵਾਰੀ ਉਬਰਣ ਦੀ ਧੀਰ ਸੀ ਕਿ ਚੋਹਾਨ ਸਾਹਿਬ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਿਰੋਂ ਪੈਰੋਂ ਲਾ ਕੇ ਜੁੱਟ ਪਏ ਹੁਣ ਬਸ ਉਹ ਸਨ ਤੇ ਜਾਂ ਉਹਨਾਂ ਦਾ ਕਲਪਿਤ ਚੋਹਾਨ ਭਵਨ ਜਿਦੀ ਰੂਪਰੇਖਾ ਜਿਦੀ ਰੂਪਰੇਖਾ ਚਿੱਤਰਣ ਚ ਉਹਨਾਂ ਨੂੰ ਬਹੁਤੀ ਦੇਰ ਨਹੀਂ ਲੱਗੀ ਮਨੁੱਖੀ ਦਿਮਾਗ ਵੀ ਤਾਂ ਵਿਸ਼ਵ ਕਰਮਾਂ ਦਾ ਪ੍ਰਤੀਕ ਹੈ ਜਿਹੜਾ ਅਕਫਰਕੇ ਦੀ ਚੋਰ ਚੈਰਟ ਮਨ ਮਰਜ਼ੀ ਦੀ ਦੁਨੀਆ ਉਸਾਰ ਸਕਦਾ ਹੈ ਬਿਲਕੁਲ ਨਵਾਂ ਤੇ ਇਕਦਮ ਲਾਸਾਨੀ ਡਿਜ਼ਾਈਨ ਹੋਣਾ ਚਾਹੀਦਾ ਹੈ ਕੋਠੀ ਦਾ ਤੇ ਕੋਠੀ ਨਾਲੋਂ ਵੀ ਵੱਧ ਕੇ ਹੋਣਾ ਚਾਹੀਦਾ ਫੁੱਲਵਾੜੀ ਦਾ ਜਿਹਨੂੰ ਵੇਖ ਕੇ ਲੋਕਾਂ ਨੂੰ ਨਾ ਕੇਵਲ ਤਾਜ ਦਾ ਆਲਾ ਦਵਾਲਾ ਭੁੱਲ ਜਾਏ ਬਲਕਿ ਸ਼ੇਖ ਸ਼ਾਦੀ ਦਾ ਕਲਪਿਆ ਹੋਇਆ ਗੁਲਿਸਤਾਨ ਵੀ ਤੇ ਬਿਹਾਰੀ ਦਾ ਦਰਸਾਇਆ ਹੋਇਆ ਵ੍ਰਿੰਦਾਵਨਲੀ ਕੋਠੀ ਦਾ ਹਰ ਇੱਕ ਕਮਰਾ ਜੇਅਰ ਕੰਡੀਸ਼ਨ ਹੋਣਾ ਚਾਹੀਦਾ ਤੇ ਫੁੱਲਵਾੜੀ ਦੀ ਹਰ ਇੱਕ ਿਆਰੀ ਹਰ ਇੱਕ ਰਵਸ਼ ਕੁੰਜ ਗਲੀ ਕਟੋ ਕਰਤੈਨ ਮੰਜ਼ਲੀ ਕੋਠੀ ਜਿਹਦੀ ਉੱਪਰਲੀਆਂ ਮੰਜ਼ਲਾਂ ਤੇ ਜਾਣ ਲਈ ਲਿਫਟ ਸਿਸਟਮ ਹੋਣਾ ਚਾਹੀਦਾ ਹੈ ਨਾਲੇ 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 ਠੀਕ ਹੀ ਕਿਸੇ ਕਹਿਆ ਕਿ ਵੱਡੇ ਲੋਕਾਂ ਦੀਆਂ ਰੀਝਾਂ ਵੀ ਵੱਡੀਆਂ ਤੇ ਕਰਾ ਮਾਤਾਂ ਵੀ ਵੱਡੀਆਂ ਚੋਹਾਨ ਸਾਹਿਬ ਦੇ ਮੋਂ ਨਿਕਲਣ ਦੀ ਦੇਰ ਸੀ ਕਿ ਵੱਡੇ ਵੱਡੇ ਡਿਜ਼ਾਈਨਰ ਉਦੋਂ ਵੀ ਵੱਡੇ ਵੱਡੇ ਇੰਜੀਨੀਅਰ ਹਾਉਣੇ ਸ਼ੁਰੂ ਹੋ ਗਏ ਚੋਹਾਨ ਸਾਹਿਬ ਡਾਡੇ ਉਤਾਵਲੇ ਹੋ ਉੱਠੇ ਸਨ ਉਹਨਾਂ ਆਪਣਾ ਇਰਾਦਾ ਪ੍ਰਗਟ ਕਰ ਦਿੱਤਾ ਕਿ ਖਰਚ ਭਾਵੇਂ ਕਿੰਨਾ ਵੀ ਹੋ ਜਾਏ ਪਰ ਕੰਮ ਖਤਮ ਹੋਣਾ ਚਾਹੀਦਾ ਹੈ ਛਟ ਮੰਗਣੀ ਪੱਟ ਵਿਆਹ ਵਾਲੇ ਤਰੀਕੇ ਨਾਲ ਇਥੋਂ ਤੱਕ ਕਿ ਮੰਗਣੀ ਦਾ ਪ੍ਰਸ਼ੰਸੀ ਸਾਰਾ ਕੁਝ ਉਹਨਾਂ ਦੀ ਮਨਮਰਜ਼ੀ ਅਨੁਸਾਰ ਹੀ ਹੋਇਆ ਡਿਜ਼ਾਈਨ ਦੀ ਤਿਆਰੀ ਨਕਸ਼ੇ ਦੀ ਬਣਤਰ ਐਸਟੀਮੇਟ ਦੇ ਅੰਕੜੇ ਆਦ ਗਾਂ ਜਾ ਕੇ ਮਾਮਲਾ ਵਿਆਹ ਅਰਥਾਤ ਜ਼ਮੀਨ ਉੱਤੇ ਆ ਕੇ ਐਸਾ ਖੱਟੇ ਪਿਆ ਜੋ ਹਾਲਦੀ ਘੜੀ ਸਾਰੀਆਂ ਵੀ ਹੰਤਾ ਤਰੀਆਂ ਤਰਾਈਆਂ ਰਹਿ ਗਈਆਂ ਨਕਸ਼ੇ ਅਨੁਸਾਰ ਕੋਠੀ ਤੇ ਉਹਦੇ ਬਾਗ ਬਗੀਚੇ ਲਈ ਕਟੋ-ਕਟ 10 ਤੇ ਵੱਧ ਤੋਂ ਵੱਧ 15 ਕਨਾਲ ਜ਼ਮੀਨ ਦੀ ਲੋੜ ਸੀ। ਪਰ ਏਡੀ ਸੰਗਣੀ ਆਬਾਦੀ ਵਾਲੇ ਸ਼ਹਿਰ 'ਚ ਡਾ ਵੱਡਾ ਟੁਕੜਾ ਮਿਲਣਾ ਨਹੋਣੀ ਗੱਲ ਸੀ। ਸ਼ਹਿਰ ਤੋਂ ਰਤਾ ਦੁਰਾਡੇ ਕਰਕੇ ਤਾਂ ਇਦੋਂ ਵੱਡੇ-ਵੱਡੇ ਪਲਾਟ ਵੀ ਮਿਲ ਸਕਦੇ ਸਨ। ਪਰ ਚੋਹਾਨ ਸਾਹਿਬ ਦੀ ਮਰਜ਼ੀ ਸੀ ਸ਼ਹਿਰ 'ਚ ਕੋਠੀ ਬਣਾਉਂਦੀ। ਬਹੁਤ ਸਮਝਾਇਆ ਗਿਆ ਚੋਹਾਨ ਸਾਹਿਬ ਨੂੰ ਕਿ ਸ਼ਹਿਰ ਦੇ ਗੰਦੇ ਵਾਤਾਵਰਨ ਤੋਂ ਜਿੰਨੀ ਦੂਰ ਕੋਠੀ ਬਣਾਈ ਜਾਵੇ ਉੰਨਾ ਹੀ ਚੰਗਾ। ਪਰ ਉਹਨਾਂ ਦੇ ਦਿਲ ਨੂੰ ਇਹ ਸਲਾਹਾਂ ਜੱਟੀਆਂ ਨਹੀਂ। ਉਹਨਾਂ ਦਾ ਕਹਿਣਾ ਸੀ ਸ਼ਹਿਰੋਂ ਦੁਰਾਡੇ ਕੋਠੀ ਪਾਉਣ ਦਾ ਲਾਭ ਹੀ ਕੀ ਹੋਇਆ ਜੇ ਉਹ ਹਰ ਕਿਸੇ ਦੀਆਂ ਨਜ਼ਰਾਂ ਤੋਂ ਲਾਂਭੇ ਰਹੀ ਸਵਾਦ ਤਾਂ ਇਸ ਚ ਹੈ ਕਿ ਹਰ ਕਿਸੇ ਦੀ ਨਜ਼ਰੀ ਪੈ ਸਕੇ ਬੜੀ ਪਰੇਸ਼ਾਨੀ ਪੈਦਾ ਹੋ ਗਈ ਚੋਹਾਨ ਸਾਬ ਦੀ نیند ਭੁੱਖ হারাম ਉਹਨਾਂ ਦੇ ਅੰਦਰ ਕਲਵਲ ਹੋਣ ਲੱਗ ਪਈ ਉੱਤੇ ਜਨਾਂ ਚਾਕੇ ਇੱਥੋਂ ਤੱਕ ਸੋਚਣ ਲੱਗੇ ਕਿ ਭਾਵੇਂ ਸਰਬੰਸੀ ਕਿਉਂ ਨਾ ਲਾ ਦੇਣ ਪਾ ਲਾ ਦੇਣਾ ਪਵੇ ਕੋਠੀ ਸ਼ਹਿਰ ਦੇ ਵਿੱਚ ਹੀ ਬਣਨੀ ਚਾਹੀਦੀ ਹੈ ਇਸ ਉੱਤੇ ਵਾਧਾ ਇਹ ਕਿ ਬੜੇ ਮੀਆਂ ਸੋ ਬੜੇ ਮੀਆਂ ਛੋਟੇ ਮੀਆਂ ਸੁਭਾਨ ਅੱਲਾਹ ਵਾਲਾ ਮਾਮਲਾ ਬਣ ਗਿਆ ਉਹਨਾਂ ਦਾ ਸੈਭ ਜ਼ਿਆਦਾ ਜਿਹੜਾ ਸੁਭਾਵਕ ਤੌਰ ਤੇ ਪਿਓ ਦੀ ਹਾਂ ਛਾਂ ਮਿਲਾਉਣ ਦਾ ਆਦੀ ਸੀ ਹੋਰ ਵੀ ਔਖਾ ਹੋ ਗਿਆ ਸ਼ਹਿਰ ਦੇ ਭਾਵੇਂ ਕਿਸੇ ਵੀ ਹਿੱਸੇ 'ਚ ਭਾਵੇਂ ਕਿਸੇ ਵੀ ਕੀਮਤ ਤੇ ਥਾਂ ਮਿਲ ਸਕੇ ਖਰੀਦਣ ਲਈ ਯतीश ਨੇ ਵੀ ਭਜੋ ਨਠੀ 'ਚ ਦਿਨ ਰਾਤ ਇੱਕ ਕਰ ਦਿੱਤਾ ਸ਼ਹਿਰ ਦੇ ਵੱਡੇ ਤੋਂ ਵੱਡੇ ਪ੍ਰਾਪਰਟੀ ਡੀਲਰ ਤੋਂ ਲੈ ਕੇ ਛੋਟੇ ਤੋਂ ਛੋਟੇ ਦਲਾਲਾਂ ਨੂੰ ਚਣੌਤੀ ਦਿੱਤੀ ਉਹਨੇ ਪਰ ਮਾਮਲਾ ਨੌਮਣ ਤੇਲ ਵਾਲਾ ਹੀ ਬਣਿਆ ਰਿਹਾ ਹਫਤੇ ਬੱਧੀ ਮਹੀਨੇ ਬੱਧੀ ਦਲਾਲਾਂ ਦੀ ਕੋਸ਼ਿਸ਼ ਜਾਰੀ ਰਹੀ ਤੇ ਜਦ ਫੇਰ ਵੀ ਕੁਝ ਸੱਟਾ ਨਾ ਨਿਕਲਿਆ ਤਾਂ ਨਿਰਾਸ਼ ਹੋ ਕੇ ਯतीश ਨੇ ਇਹ ਦਾ ਖੇੜਾ ਹੀ ਛੱਡ ਦਿੱਤਾ ਪਰ ਚੋਹਾਨ ਸਾਹਿਬ ਦਾ ਜੀਰਾ ਕਿੱਥੋਂ ਲੈਂਦੇ ਉਹਨਾਂ ਲਈ ਤਾਂ ਇਹ ਜ਼ਿੰਦਗੀ ਮੌਤ ਦਾ ਸਵਾਲ ਬਣ ਚੁੱਕਾ ਸੀ ਛੇਕੜ ਇੱਕ ਪ੍ਰਾਪਰਟੀ ਡੀਲਰ ਨੂੰ ਇਸ ਕੰਮ ਵਿੱਚ ਕੁਝ ਅਧੂਰੀ ਜੀ ਸਫਲਤਾ ਮਿਲੀ ਉਹਨੇ ਚੋਹਾਨ ਸਾਹਿਬ ਨੂੰ ਦੱਸਿਆ ਜੋ ਸ਼ਹਿਰ ਦੀ ਇੱਕ ਬਾਹੀ ਵੱਲ 4-5 ਕਨਾਲ ਦਾ ਪਲਾਟ ਮਿਲ ਸਕਦਾ ਹੈ ਪਰ ਚੋਹਾਨ ਹੋਰਾਂ ਉਹਦੀ ਪੇਸ਼ ਕਸਟਮਰਾਂ ਸ਼ਬਦਾਂ ਨਾਲ ਠੁਕਰਾ ਦਿੱਤਾ ਤੁਸੀਂ ਬੱਚਿਆਂ ਵਾਲੀਆਂ ਗੱਲਾਂ ਕਰਦੇ ਜੀ ਤੁਹਾਨੂੰ ਜੇ ਕੋਈ ਕਹੇ ਕਿ ਦੋਹੇ ਦੀ ਬਜਾਈ ਇੱਕ ਪੌਂਜੇ ਵਾਲੀ ਪੈਂਟ ਪਹਿਨ ਲਓ ਤਾਂ ਕਿ ਤੁਸੀਂ ਇਸ ਲਈ ਤਿਆਰ ਹੋ ਜਾਓਗੇ ਰੱਬ ਜਦੋਂ ਬੋੜਨ ਲੱਗਦਾ ਹੈ ਛੱਤ ਪਾੜ ਕੇ ਬੋੜਦਾ ਹੈ ਐਸਾ ਹੀ ਕੁਝ ਇਤਫਾਕ ਬਣ ਗਿਆ ਛੇਕੜ ਜਦ ਇੱਕ ਡੀਲਰ ਨੇ ਆ ਕੇ ਚੋਹਾਨ ਸਾਹਿਬ ਨੂੰ ਖੁਸ਼ਖਬਰੀ ਸੁਣਾਈ ਚੋਹਾਨ ਸਾਹਿਬ ਇੱਕ ਅਜੇ ਥਾਂ ਦਾ ਪਤਾ ਲੱਗਿਆ ਜਿਹਦਾ ਰਕਬਾ ਵੀ ਆਪਣੇ ਨਕਸ਼ੇ ਅਨੁਸਾਰ ਸਗੋਂ ਕੁਝ ਜ਼ਿਆਦਾ ਹੀ ਹੋਏਗਾ ਤੇ ਹੈ ਵੀ ਐਸਾ ਜਿਹਦਾ ਇੱਕ ਸਿਰਾ ਸ਼ਹਿਰ ਨਾਲ ਦੂਜਾ ਰੇਲਵੇ ਸਟੇਸ਼ਨ ਨਾਲ ਲੱਗਦਾ ਸੁਣ ਕੇ ਚੋਹਾਂਤ ਸਾਹਿਬ ਨੂੰ ਚੰਨ ਛੜ ਗਿਆ ਅੰਨਾਂ ਕੀ ਭਲੇ ਤੋਂ ਅੱਖਾਂ ਪਰ ਜਦੋਂ ਹੀ ਸੱਜਣ ਨੇ ਇਹਦੀ ਪ੍ਰਾਪਤੀ ਦੇ ਰਾਹ ਕੁਝ ਵਿਸ਼ੇਸ਼ ਕਿਸਮ ਦੀਆਂ ਔਕੜਾਂ ਦਾ ਜ਼ਿਕਰ ਕੀਤਾ ਕਿ ਚੰਨ ਛੜਦਾ ਛੜਦਾ ਮੋੜ ਬਦਲਾ ਹੀਟ ਆ ਗਿਆ ਫਿਰ ਵੀ ਉਹਨਾਂ ਦਿਲ ਨਹੀਂ ਛੱਡਿਆ ਜਦਕਿ ਪ੍ਰਾਪਤੀ ਦਾ ਕੰਮ ਸਖਤ ਮੁਸ਼ਕਲ ਨਾਲ ਹੁੰਦਾ ਹੋਇਆ ਵੀ ਅਸੰਭਵ ਨਹੀਂ ਸੀ ਤੇ ਵੱਡੀ ਤੋਂ ਵੱਡੀ ਮੁਸ਼ਕਲ ਨੂੰ ਹੱਲ ਕਰਨ ਦੇ ਬਥੇਰੇ ਗੁਰ ਚੋਹਾਂਤ ਸਾਹਿਬ ਨੂੰ ਯਾਦ ਸਨ ਉਹਨਾਂ ਨੇ ਖੁੱਲੇ ਸ਼ਬਦੀ ਕਹਿ ਦਿੱਤਾ ਸੁਣੋ ਜੀ ਇਹ ਕੰਮ ਤੁਹਾਨੂੰ ਹਰ ਹਿੱਲੇ ਕਰਨਾ ਹੀ ਹੋਏਗਾ ਭਾਵੇਂ ਕੁਝ ਵੀ ਕਿਉਂ ਨਾ ਹੋਵੇ ਤਦ ਡੀਲਰ ਸੱਜਣ ਨੇ ਭਰੋਸਾ ਦਿਵਾ ਦਿੱਤਾ ਕਿ ਆਪਣੇ ਵੱਲੋਂ ਕੋਈ ਵੀ ਕਸਰ ਨਹੀਂ ਛੱਡੇਗਾ ਨਾਲ ਹੀ ਉਹਨੇ ਢੰਗ ਸਿਰ ਇਹ ਵੀ ਜਤਾ ਦਿੱਤਾ ਕਿ ਜੱਤੀ ਕੇ ਮੋਰਚਾ ਫਤਿਹ ਨਾ ਹੋ ਜਾਏ ਤਦ ਤੀਕ ਉਹਨਾਂ ਨੂੰ ਆਪਣੀ ਤਜੋਰੀ ਦਾ ਟੱਕਣ ਖੁੱਲਾ ਤੇ ਭੇਦ ਦੀ ਤਾਕੀ ਬੰਦ ਰੱਖਣੀ ਪੈਗੀ ਤੇ ਉਹਨਾਂ ਨੇ ਉਸ ਦਿਨ ਤੋਂ ਇਸ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਕਮ ਸੱਤੀ ਜਾਂ ਜੋਖ ਹੁੰਦਾ ਸੀ ਪਰ ਚੋਹਾਨ ਸਾਬ ਦਾ ਦਮ ਖੰਮ ਵੀ ਤਾਂ ਫਲਾਦੀ ਕਿਸਮ ਦਾ ਸੀ ਤਜੋਰੀ ਦਾ ਉਹਨਾਂ ਨੇ ਟੱਕਣੀ ਖੋਲ ਦਿੱਤਾ ਬਲਕਿ ਸਮੂਝੀ ਉਲੱਦ ਕੇ ਰੱਖ ਦਿੱਤੀ ਬਾਕੀ ਰਿਆ ਭੇਦ ਲੁਕਾਉਣ ਦਾ ਮਾਮਲਾ ਹੋਰ ਤਾਂ ਹੋਰ ਸਕੇ ਪੁੱਤਰ ਨੂੰ ਵੀ ਉਹਨਾਂ ਨੇ ਇਹਦੀ ਭਿੰਕ ਨਹੀਂ ਪੈਣ ਦਿੱਤੀ ਵੈਸੇ ਵੀ ਅਤੀਸ਼ ਕੋ ਜਜ਼ਬਾਤੀ ਕਿਸਮ ਦਾ ਗਬਰੂ ਸੀ ਐਸਾ ਵੀ ਸੰਭਵ ਸੀ ਕਿ ਇਸ ਹਾਸ ਦੇ ਖੁੱਲਣ ਨਾਲ ਭੜਕ ਹੀ ਉੱਠੇ ਅੰਦਰਖਾਨੇ ਸਭ ਕੁਝ ਕੀਤਾ ਗਿਆ ਅਲਬੱਤਾ ਜ਼ਮੀਨ ਦੀ ਪ੍ਰਾਪਤੀ ਚ ਕਾਫੀ ਦੇਰ ਲੱਗ ਗਈ ਪਰ ਦੇਰ ਆਇਆ ਦਰਸਤ ਆਇਦ ਕਹਾਵਤ ਅਨੁਸਾਰ ਇਹ ਵੀ ਚੋਹਾਨ ਸਾਬ ਦੇ ਹੱਕ ਜੀ ਚੰਗਾ ਹੋਇਆ ਕਾਲੀ ਬਾਲੀ ਚ ਕੋਈ ਨਾ ਕੋਈ ਖਤਰਾ ਪੈਦਾ ਹੋ ਜਾਣ ਦੀ ਸੰਭਾਵਨਾ ਸੀ ਯਤੀਸ਼ ਤੇ ਕਾਰੋਬਾਰੀ ਰੁਜੇਵੇਂ ਭਾਵੇਂ ਉਹਨੂੰ ਹਰ ਵੇਲੇ ਘੇਰੀ ਰੱਖਦੇ ਸਨ ਖਾਸ ਕਰਕੇ ਇੱਧਰ ਜਤੋਂ ਕੁਝ ਨਵੇਂ ਸਰਕਾਰੀ ਠੇਕੇ ਮਿਲੇ ਤਦ ਤੋਂ ਤਦ ਦਿਨੇ ਛੱਡ ਰਾਧਵੀ ਨੂੰ ਕਈ-ਕਈ ਘੰਟੇ ਦਫ਼ਤਰ 'ਚ ਕੰਮ ਕਰਨਾ ਪੈ ਰਿਆ ਸੀ ਪਰ ਜਿਉਂ ਹੀ ਉਹਨੂੰ ਪਤਾ ਲੱਗਾ ਕਿ ਉਹਦੇ ਪਾਪਾ ਜੀ ਨੇ ਆਖਰ ਅਸੰਭਵ ਨੂੰ ਸੰਭਵ ਬਣਾ ਕੇ ਛੱਡਿਆ ਹੈ ਜ਼ਮੀਨ ਵਾਲਾ ਮੋਰਚਾ ਫਤਿਹ ਹੋ ਗਿਆ ਤਾਂ ਸਭ ਨਾ ਪਾਸਿਆਂ ਤੋਂ ਧਿਆਨ ਮੋੜ ਕੇ ਕੋਠੀ ਦੀ ਉਸਾਰੀ ਵੱਲ ਰੁਟ ਗਿਆ ਕੰਮਕਾਰ ਜਾਣੇ ਤੇ ਉਹਦੇ ਪਾਪਾ ਜੀ ਜਾਣਣ ਸੱਚ ਤਾਂ ਇਹ ਹੈ ਕਿ ਬਣਨ ਵਾਲੀ ਕੋਠੀ ਦੇ ਚਾਚ ਉਹਨੇ ਪਿਓ ਨਾਲੋਂ ਵੀ ਕਿਤੇ ਵੱਧ ਬੇਬਲਤਾ ਹੋਈ ਪਈ ਸੀ ਉਹ ਜਿਸ ਸਨਕ ਦੀ ਹੱਦ ਤੱਕ ਜਾ ਪਹੁੰਚੇ ਤੇ دیਵਾਨਗੀ ਦੀ ਹੱਦ ਤੱਕ ਵੇਖਦੇ ਹੀ ਵੇਖਦੇ ਆਂ ਨੀਆਂ ਦੀ ਪੁਟਾਈ ਸ਼ੁਰੂ ਹੋ ਗਈ ਇਮਾਰਤੀ ਮਟੀਰੀਅਲ ਦਾ ਸਵਾਲੇ ਜ਼ਮਾਨੇ ਚ ਟੇਢੀ ਖੀਰ ਸੀ ਪਰ ਉਹ ਤਾਂ ਦੂਜੇ ਲੋਕਾਂ ਲਈ ਸੀ ਇੱਕ ਉੱਗਾ ਤੇ ਸੰਦ یافتਾ ਗਵਰਨਮੈਂਟ ਕੰਟਰੈਕਟਰ ਤੇ ਫਿਰ ਜਿਹਦਾ ਕਾਰੋਬਾਰ ਹੀ ਕੰਸਟਰਕਸ਼ਨ ਦਾ ਹੋਵੇ ਉਸ ਲਈ ਇਹ ਵੀ ਮੁਸ਼ਕਲ ਨਹੀਂ ਸੀ ਨਤੀਜੇ ਦੇ ਤੌਰ ਤੇ ਇਧਰ ਨੀਆਂ ਪੁੱਟੀਆਂ ਜਾਣ ਲੱਗੀਆਂ ਉਧਰ ਟਰੱਕਾਂ ਦੇ ਟਰੱਕ ਗੱਡਿਆਂ ਦੇ ਗੱਡੇ ਮਟੀਰੀਅਲ ਚਲਾ ਰਿਆ ਸੀ ਚੰਗੇ ਤੋਂ ਚੰਗਾ ਕਾਰੀਗਰਾਂ ਮਿਸਤਰੀਆਂ ਦੀ ਉਵਰ ਸੇਰਾਂ ਦੀ ਚੋਣ ਕਰ ਲਈ ਗਈ ਇਹ ਤਾਂ ਸੀ ਉਸਾਰੇ ਬਾਰੇ ਇਹ ਤੋਂ ਛੁੱਟ ਦੂਸਰਾ ਕੰਮ ਜਿਹਦੀ ਅਹਿਮੀਅਤ ਉਸਾਰੇ ਨਾਲੋਂ ਵਿਵਾਦ ਸੀ ਇਹ ਸੀ ਨਕਸ਼ੇ ਅਨੁਸਾਰ ਜ਼ਮੀਨ ਦੇ 3/4 ਹਿੱਸੇ 'ਚ ਫਲਵਾੜੀ ਬਣਾਉਣੀ ਜਿਸ ਵਿੱਚ ਫਲਦਾਰ ਦਰਖਤ ਵੀ ਸ਼ਾਮਲ ਸਨ ਸੋ ਲੱਗਦੇ ਹੱਥੇ ਦਾ ਵੀ ਸ਼੍ਰੀ ਗਣੈਸ਼ ਹੋ ਗਿਆ ਯतीश ਨੇ ਇਸ ਕੰਮ ਲਈ ਹੈੱਡ ਮਾਲੀ ਤੇ 3-4 ਸਧਾਰਨ ਮਾਲੀਆਂ ਦਾ ਪ੍ਰਬੰਧ ਕਰਕੇ ਤੇ ਉਹਨਾਂ ਦੀ ਸੁਪਰਵਾਈਜ਼ਨ ਲੋੜਿੰਦੇ ਮਜ਼ਦੂਰ ਦੇ ਕੇ ਕੰਮ ਸ਼ੁਰੂ ਕਰਵਾ ਦਿੱਤਾ ਬਾਗਬਾਨੀ ਲਈ ਪਾਣੀ ਦਾ ਪ੍ਰਬੰਧ ਕਰਨਾ ਸਭ ਤੋਂ ਪਹਿਲਾ ਸਵਾਲ ਸੀ ਸੋ ਨਿਸ਼ਚਿਤ ਥਾਂ ਤੇ ਟਿਊਬਵਲ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਇਤਫਾਕ ਨਾਲ ਮੌਸਮ ਵੀ ਬਾਗਬਾਨੀ ਦੇ ਅਨੁਕੂਲ ਸੀ ਯतीश ਨੇ ਸੋਚਿਆ ਜੇ ਵਕਤ ਸਿਰੇ ਦਾ ਆਰੰਭ ਨਾ ਹੋ ਸਕਿਆ ਤਾਂ ਇਹ ਕੰਮ ਅਗਲੇ ਸੀਜ਼ਨ ਤੇ ਜਾ ਪਏਗਾ ਸੋ ਲੱਗਦੇ ਹੱਥ ਉਹਨੇ ਦੇਸ਼ ਦੀਆਂ ਜਿੰਨੀਆਂ ਵੀ ਵੱਡੀਆਂ-ਵੱਡੀਆਂ ਨਰਸਰੀਆਂ ਸਨ ਉਹਨਾਂ ਨੂੰ ਪੌਦੇਆਂ ਦਾਬਾਂ ਬੀਆਂ ਤੇ ਪਨੀਰੀਆਂ ਦੇ ਆਰਡਰ ਦੇਨੇ ਸ਼ੁਰੂ ਕਰ ਦਿੱਤੇ ਅੰਗ ਚੌਥਾ ਜਿਉਂ-ਜਿਉਂ ਕੋਠੀ ਉੱਸਰਦੀ ਗਈ ਜਿਉਂ-ਜਿਉਂ ਫਲਵਾੜੀ ਦੇ ਬੂਟੇ ਪੁੰਗਰਦੇ ਗਏ ਯਤੀਸ਼ ਤੇ ਚਾਵਾਂ ਵਿੱਚ ਖੁਸ਼ੀਆਂ 'ਚ ਵਾਧਾ ਹੋਈ ਗਿਆ ਭਾਵੇਂ ਸਭ ਉਸ ਲਈ ਕੋਈ ਨਵਾਂ ਅਨੋਖਾ ਨਹੀਂ ਸੀ ਜਦ ਕੇ ਜਨਮ ਤੋਂ ਲੈ ਕੇ ਜਵਾਨੀ ਛੜਦਿਆਂ ਤੀਕ ਉਹਦਾ ਕੋਠੀਆਂ 'ਚ ਹੀ ਨਿਵਾਸ ਚਲਾ ਆ ਰਿਹਾ ਸੀ ਪਰ ਇਹ ਜੋ ਕੁਝ ਉਹਦੀ ਰਹੀ ਨਿਰਮਤ ਹੋ ਰਿਆ ਸੀ ਕੁਝ ਵੱਖਰੀ ਕਿਸਮ ਦਾ ਸੀ ਜਿਹਨੂੰ ਜਲਦੀ ਤੋਂ ਜਲਦੀ ਪੂਰਨਤਾ ਤੱਕ ਪਹੁੰਚਾ ਕੇ ਉਹ ਭਵਨ ਨਿਰਮਾਣ ਦਾ ਇੱਕ ਨਵਾਂ ਰਿਕਾਰਡ ਕਾਇਮ ਕਰਨਾ ਤਾਂ ਚਾਹੁੰਦਾ ਹੀ ਸੀ ਇਹ ਤੋਂ ਛੋਟੂ ਆਪਣੇ ਪੂਜਨੀਕ ਪਾਪਾ ਜੀ ਦੀ ਰੀਜ ਮੁਰਾਦ ਪੂਰੀ ਕਰਕੇ ਭਰਪੂਰ ਸ਼ਾਬਾਸ਼ ਲੈਣ ਦਾ ਵੀ ਅਧਿਕਾਰੀ ਬਣਨ ਦੀ ਇੱਛਾ ਰੱਖਦਾ ਸੀ ਜਦੋਂ-ਜਦੋਂ ਵੀ ਉਹਦੇ ਪਾਪਾ ਜੀ ਇਸ ਪਾਸੇ ਆ ਨਿਕਲਦੇ ਪੁੱਤਰ ਦਾ ਸੋਝ ਸੁੱਚਾ ਜਿ ਦੇਖ-ਵੇਖ ਕੇ ਫੁੱਲੇ ਨਾ ਸਮਾਉਂਦੇ ਕਿੰਨੀ ਡੂੰਗੀ ਲਗਨ ਨਾਲ ਉਹਨਾਂ ਦਾ ਇਕਲੌਤਾ ਇਸ ਕੰਮ ਲਈ ਸਿਰ ਧੜ ਦੀ ਬਾਜ਼ੀ ਲਾਈ ਬੈਠਾ ਸੀ ਇਤੋਂ ਤੱਕ ਇੱਕ ਉਠੀ ਦਾ ਸੁਖਦਾਈ ਨਿਵਾਸ ਛੱਡ ਕੇ ਯतीश ਨੇ ਟਾਂ ਚੂਨੇ ਦੇ ਢੇਰਾਂ ਵਿਚਾਲੇ ਆ ਡੇਰਾ ਲਾਇਆ ਸੀ ਤੇ ਇਸ ਇਰਾਦੇ ਨਾਲ ਕਿ ਜਦ ਤੱਕ ਇਹ ਕੰਮ ਨੇਪਰੇ ਨਹੀਂ ਚੜ ਜਾਂਦਾ ਉਹ ਇੱਥੇ ਡਟਿਆ ਰਹੇਗਾ ਉਹ ਸਾਰੀ ਸ਼ੁਰੂ ਹੋਈ ਨੂੰ ਬਰੇ ਤੋਂ ਉੱਪਰ ਹੋ ਚੱਲਿਆ ਸੀ ਤਖਮਿਨਿਆਂ ਅਨੁਸਾਰ ਇਹ ਨਿਰਚ ਗੁਠੀ ਬਣ ਕੇ ਤਿਆਰ ਹੋ ਜਾਣੀ ਚਾਹੀਦੀ ਸੀ ਪਰ ਕੰਮ ਅਸੇ ਅੱਧ ਤੇ ਹੀ ਅਪੜਿਆ ਇਸ ਮੱਠੀ ਰਫਤਾਰ ਦਾ ਮਤਲਬ ਇਹ ਨਹੀਂ ਕਿ ਯतीश ਨੇ ਸੁਸਤੀ ਵਿਖਾਈ ਹੋਵੇ ਬਲਕਿ ਅਸਲ ਕਾਰਨ ਸੀ ਇੰਜੀਨੀਅਰਿੰਗ ਬਾਰੇ ਯतीश ਦਾ ਗਹਿਰਾ ਅਧਿਐਨ ਕਾਲਜ ਦੀ ਪੜ੍ਹਾਈ ਸਮੇਂ ਉਹਦਾ ਇਹ ਸਬਜੈਕਟ ਰਹਾ ਸੀ ਤੇ ਇਹ ਸਬਜੈਕਟ ਲੈਣ ਦਾ ਕਾਰਨ ਸੀ ਆਪਣੇ ਕਾਰੋਬਾਰੀ ਮਾਮਲੇ 'ਚ ਪ੍ਰਗਤੀ ਕਰਨਾ ਭਾਵੇਂ ਯतीश ਦੀ ਬਧੇਰੇ ਦਿਲਚਸਪੀ ਆਰਟ ਨਾਲ ਸੀ ਪਰ ਆਪਣੇ ਪਾਪਾ ਜੀ ਦੀ ਚਿਰੋਕੀ ਰੀਜ ਵੀ ਤਾਂ ਉਹਨੇ ਪੂਰੀ ਕਰਨੀ ਸੀ ਜਿਹੜਾ ਉਹਨੂੰ ਬਹੁਤ ਉੱਚੇ ਦਰਜੇ ਦਾ ਇੰਜੀਨੀਅਰ ਬਣਾ ਕੇ ਦੇਸ਼ ਦੇ ਕੰਸਟਰਕਸ਼ਨ ਦਾ ਨਵਾਂ ਰਿਕਾਰਡ ਕਾਇਮ ਕਰਨਾ ਚਾਹੁੰਦੇ ਸੀ ਵਸਤ ਵਿੱਚ ਇਹ ਜਿਹੜੀ ਅਦੁੱਤੀ ਕਿਸਮ ਦੀ ਉਠੀ ਉਸਾਰਨ ਦੀ ਉਹਨਾਂ ਨੇ ਯੋਜਨਾ ਬਣਾਈ ਸੀ ਇਹਦੇ ਅੰਤਰਗਤ ਵੀ ਉਹਨਾਂ ਦੀ ਉਹੀ ਉਹ ਖਾਸ ਲੁਕੀ ਹੋਈ ਸੀ ਜਿਵੇਂ ਬਟੇਰਿਆਂ ਦੇ ਸ਼ਿਕਾਰੀ ਬਟੇਰਿਆਂ ਨੂੰ ਫੜਨ ਲਈ ਇੱਕ ਬੁਲਾਰਾ ਬਟੇਰਾ ਪਹਿਲੀ ਚ ਛੱਡ ਦਿੰਦੇ ਨੇ ਜਿਹਦੀ ਆਵਾਜ਼ ਸੁਣ ਕੇ ਦੂਸਰੇ ਬਟੇਰੇ ਜਾਲਚਾ ਫਸਦੇ ਨੇ ਸੋ ਉਹਨਾਂ ਦੀ ਮੁਰਾਦ ਜਿਵੇਂ ਜਿਵੇਂ ਸੁਰਜੀਤ ਹੋਏ ਜਾਂਦੇ ਪੁੱਤਰ ਦੀ ਕਾਬਲੀਅਤ ਤੋਂ ਬਾਰੇ ਘੋਲੇ ਹੋਏ ਜਾਂਦੇ ਖੁੱਲੇ ਸ਼ਬਦੀ ਉਹਨਾਂ ਨੇ ਯतीश ਨੂੰ ਕਹਿ ਰੱਖਿਆ ਸੀ ਕਿ ਵਕਤ ਬੇਸ਼ੱਕ ਜ਼ਿਆਦਾ ਲੱਗ ਜਾਏ ਪਰ ਚੀਜ਼ ਲਸਾਨੀ ਬਣਨੀ ਚਾਹੀਦੀ ਚਿਣਾਈ ਦਾ ਕੰਮ ਲਗਭਗ ਖਤਮ ਹੋ ਚੁੱਕਾ ਸੀ ਹੁਣ ਜੇ ਬਾਕੀ ਸੀ ਤਾਂ ਉੱਪਰਲੀ ਟਿਪ ਟਾਪ ਦਾ ਕੰਮ ਪਰ ਵਾਸਤੇ ਕੰਮ ਤਾਂ ਹੁੰਦਾ ਹੀ ਇਹ ਉੱਪਰਲਾ ਚਿਣਾਈ ਨਾਲੋਂ ਵੀ ਇਹ ਚੌਖੇ ਵਰਤ ਦਾ ਮਹਤਾਜ ਹੁੰਦਾ ਹੈ ਨਤੀਜੇ ਦੇ ਤੌਰ ਤੇ ਬਹੁਤ ਸਾਰੇ ਰਾਜਾਂ ਮਜ਼ਦੂਰਾਂ ਨੂੰ ਹਟਾ ਕੇ ਕੇਵਲ ਉਹਨਾਂ ਨੂੰ ਰਹਿਣ ਦਿੱਤਾ ਜਿਹੜੇ ਫੈਂਸੀ ਕੰਮ ਦੀ ਜਾਣਕਾਰੀ ਰੱਖਦੇ ਸੀ ਸਵਨ ਸਕੁਆਟਰਸ ਗੈਰੇਜਾਂ ਛੋਟੇ-ਮੋਟੇ ਕੰਮ ਇਸ ਵਿਚਾਲੇ ਪੂਰੇ ਹੋ ਚੁੱਕੇ ਸੀ ਮੁਢਲੇ ਦੇ ਨਹੀਂ ਤਾਂ ਇੱਥੇ ਇੱਕ ਚਲਾਉ ਜੇ ਕਮਰੇ ਚ ਰਹਿੰਦਾ ਸੀ ਪਰ ਜਦੋਂ ਕੋਠੀ ਦੀ ਚਿਟਾਈ ਚਿਣਾਈ ਮੁਕੰਮਲ ਹੋਈ ਦਮੰਜੇਲੇ ਦਾ ਇੱਕ ਕਮਰਾ ਆਪਣੀ ਰਿਹائش ਲਈ ਅਗੇਤਾ ਹੀ ਫਿਨਿਸ਼ ਕਰਵਾ ਕੇ ਉਸ ਚਾਟਕ ਹੈ ਖਾਣਾ ਤੇ ਨਾਸ਼ਤਾ ਉਸ ਲਈ ਕਰਵਾਉਂਦਾ ਸੀ ਏਡੀ ਵਿਸ਼ਾਲ ਥਾਂਵੇਂ ਯतीश ਦਾ ਇਕੱਲਿਆਂ ਰਹਿਣਾ ਭਾਵੇਂ ਚੋਹਾਨ ਸਾਬ ਨੂੰ ਪਸੰਦ ਨਹੀਂ ਸੀ ਪਰ ਯतीश ਦੀ ਮਰਜ਼ੀ ਨੂੰ ਟਾਲਿਆ ਵੀ ਤਾਂ ਨਹੀਂ ਸੀ ਜਾ ਸਕਦਾ ਨਾਲੇ ਉਹਨੇ ਆਪਣੇ ਪਾਪਾ ਜੀ ਨੂੰ ਇਹ ਆਖ ਕੇ ਕਾਇਲ ਕਰ ਲਿਆ ਸੀ ਕਿ ਇੱਥੇ ਉਹਨੂੰ ਕਾਹਦਾ ਡਰ ਹੈ ਜਦਕਿ ਇੱਥੇ ਚੌਕੀਦਾਰ ਮੌਜੂਦ ਹੈ ਇਤੋ ਛੋਟਾ ਰੁਲਿਆ ਮਿਸਤਰੀ ਵੀ ਇੱਥੇ ਰਹਿੰਦਾ ਜਿਸ ਨਾਲ ਉਹਦੀ ਸਾਰੇ ਕਾਰੀਗਰਾਂ ਨਾਲੋਂ ਵੱਧ ਹਮਦਰਦੀ ਹੈ ਹਮਦਰਦੀ ਤੋਂ ਛੋਟੋ ਰੁਲਿਏ ਦੀ ਮਿਹਨਤ ਕਸ਼ੀ ਤੇ ਇਮਾਨਦਾਰੀ ਦੀ ਵੀ ਕਦਰ ਕਰਦਾ ਹੈ ਤਾਈਆਂ ਤਾਂ ਤਿਆਰ ਹੁੰਦੇ ਸਭ ਤੋਂ ਪਹਿਲਾ ਕੁਆਟਰ ਉਹਨੇ ਰੁਲਿਏ ਨੂੰ ਰਹਿਣ ਲਈ ਦੇ ਰੱਖਿਆ ਇੰਨੇ ਆਦਮੀਆਂ ਦੇ ਹੁੰਦਿਆਂ ਹੋਇਆਂ ਉਹਨੂੰ ਇੱਕ ਕੱਲ ਕਾਦਾ ਇਸ ਤੋਂ ਛੁੱਟੀ ਅਤੀਸ਼ ਨੇ ਦਿਲ ਬਹਿਲਾਵੇ ਲਈ ਆਪਣੇ ਕਮਰੇ 'ਚ ਢੇਰ ਸਾਰੇ ਕਾਗਜ਼ੀ ਦੋਸਤ ਵੀ ਇਕੱਠੇ ਕਰ ਰੱਖੇ ਸੀ ਕਲਾਤਮਕ ਰਾਜਨੀਤਿਕ ਤੇ ਹੋਰ ਕਈ ਵਿਸ਼ਿਆਂ ਦੀਆਂ ਕਿਤਾਬਾਂ ਦੇ ਰੂਪ ਚ ਉਹਦੇ ਕਮਰੇ ਵਿੱਚਲੀ ਅਲਮਾਰੀ ਹੇਠ ਤੋਂ ਉੱਪਰ ਤੱਕ ਕਿਤਾਬਾਂ ਰਸਾਲਿਆਂ ਨਾਲ ਭਰੀ ਪਈ ਸੀ ਗੱਲ ਜ਼ਰੂਰ ਹੈਰਾਨੀ ਵਾਲੀ ਸੀ ਕਿ ਗੁੱੱਚੇ ਦਰਜੇ ਦਾ ਕਾਰੋਬਾਰੀ ਆਦਮੀ ਸਾਹਿਤ ਨਾਲ ਇੰਨੀ ਉਸ ਰੱਖਦਾ ਹੋਵੇ ਪਰ ਇਹ ਤਾਂ ਮਨੁੱਖੀ ਫਿਤਰਤ ਦੀ ਵਿਲੱਖਣਤਾ ਹੈ ਜੇ ਐਸਾ ਨਾ ਹੁੰਦਾ ਤਾਂ ਕਿ ਇਸ ਦੁਨੀਆ 'ਚ ਧਰਮ ਅਵਲੰਭੀਆਂ ਦੇ ਰੂਪ ਚ ਚਾਪ ਲੋਸ ਲੀਡਰੀ ਦੇ ਪਹਿਰਾਵੇ 'ਚ ਲੁਟੇਰੇ ਸੰਤਾਂ ਦੇ ਬਾਣੇ 'ਚ ਚੋਰ ਵਖਾਈ ਦਿੰਦੇ ਆਦਮੀ ਜੋ ਕੁਝ ਹੁੰਦਾ ਹੈ ਤੇ ਜੋ ਕੁਝ ਹੋਣ ਦੀ ਲਾਲਸਾ ਉਹਨੂੰ ਉਹਦੇ ਅਚੇਤ ਮਨ ਚ ਲੁਕੀ ਰਹਿੰਦੀ ਹੈ ਇਹ ਦੋਵੇਂ ਮਨੋਬਿਰਤੀਆਂ ਵੱਖ-ਵੱਖ ਹੁੰਦੀਆਂ ਹੋਈਆਂ ਵੀ ਕਿਸੇ ਇਨਕਲਾਬੀ ਝਟਕੇ ਨਾਲ ਆਪਸ ਚ ਰਲ ਮਿਲ ਸਕਦੀਆਂ ਨੇ ਜਾਂ ਇਕੱਠੀਆਂ ਹੁੰਦੀਆਂ ਹੋਈਆਂ ਵੀ ਕਿਸੇ ਅਚਿੰਤਿਤ ਘਟਨਾ ਤੋਂ ਪ੍ਰਭਾਵਿਤ ਹੋ ਕੇ ਨਿੱਖੜ ਸਕਦੀਆਂ ਨੇ ਇਸੇ ਨੂੰ ਹੀ ਤਾਂ ਕੁਦਰਤ ਦੀ ਅਗਾਧ ਗਤੀ ਕਿਹਾ ਜਾਂਦਾ ਹੈ ਇਨੀ ਦਿਨੀ ਯतीश ਦੀ ਨਿਤਵਰਤੋਂ ਦਾ ਕ੍ਰਮ ਕੁਝ ਇਸ ਤਰ੍ਹਾਂ ਚੱਲ ਰਿਹਾ ਸੀ ਕਿ ਦਿਨ ਭਰੋ ਮਜ਼ਦੂਰਾਂ ਕਾਰੀਗਰਾਂ ਚ ਕਿਰਿਆ ਜਾਂ ਮਟੀਰੀਅਲ ਦੀ ਆਮਦ ਖਪਦ ਦੇ ਚਮੇਲਿਆਂ ਨਾਲ ਮਗਜ਼ ਪੱਤੀ ਕਰਦਾ ਰਹਿੰਦਾ ਪਰ ਰਾਤੀ ਉਹਦਾ ਵੱਧ ਤੋਂ ਵੱਧ ਸਮਾਂ ਆਪਣੇ ਉਪਰੋਕਤ ਕਾਗਜ਼ੀ ਦੋਸਤਾਂ ਦੇ ਸੰਗਤ ਚ ਬੀਤਦਾ ਨੀਂਦਰ ਦਾ ਸ਼ੁਰੂ ਤੋਂ ਹੀ ਬਹੁਤਾ ਆਦੀ ਨਹੀਂ ਸੀ ਇਹ ਆਦਤ ਉਹਨੂੰ ਕਾਲਜ ਦੇ ਜਮਾਨੇ ਚ ਪਈ ਸੀ ਸ਼ਾਇਦ ਇਸੇ ਦਾ ਫਲ ਰੂਪ ਇੰਜੀਨੀਅਰਿੰਗ ਦੇ ਡਿਗ ਕਰਦੇ ਏਮ ਧਿਆਨ ਚ ਇਹ ਫਸਟ ਡਿਵੀਜ਼ਨ ਲੈ ਗਿਆ ਸੀ ਇਹ ਤੋਂ ਛੁੱਟ ਯतीश ਸਵੇਰ ਦੀ ਸੈਰ ਦਾ ਵਿੱਚ ਰੋਕਾਦੀ ਸੀ ਰਾਤੀ ਉਹ ਭਾਵੇਂ ਕਿੰਨੀ ਦੇਰ ਨਾਲ ਸੌਵੇਂ ਪਰਬਤੀ ਉੱਠ ਕੇ ਸੈਰ ਨੂੰ ਨਿਕਲ ਜਾਣਾ ਆਉਂਦਾ ਨੇਮ ਸੀ। ਇਧਰ ਕੁਝ ਦਿਨਾਂ ਤੋਂ ਉਹਦੀ ਸੈਰ ਨਿਸ਼ਚਿਤ ਨਾਲੋਂ ਕੁਝ ਛੁੱਟੇ ਰਹੀ ਹੁੰਦੀ ਜਾ ਰਹੀ ਸੀ। ਸੰਭਵ ਹੈ ਦਾ ਹੋਰ ਵੀ ਕੋਈ ਕਾਰਨ ਹੋਵੇ ਪਰ ਪ੍ਰਤੱਖ ਤੌਰ ਤੇ ਤਾਂ ਚੇਤਰ ਦੀ ਰੁੱਤ ਦਾ ਹੀ ਅਸਰ ਜਾਪਦਾ ਸੀ। ਫਲਦਾਰ ਬੂਟੇ ਤਾਂ ਹਲੇ ਜਵਾਨੀ ਨਹੀਂ ਸੀ ਛੜੇ ਪਰ ਉਹਦੀ ਫਲਵਾੜੀ ਪੂਰੇ ਜੋਬਨਦੇ ਸੀ। ਚਾਰ ਦੀਵਾਰੀ ਅੰਦਰ ਉਸਰ ਰਹੀ ਕੋਠੀ ਦਾ ਸਾਰਾ ਆਲਾ ਦਵਾਲਾ ਫੁੱਲਾਂ ਦਾ ਗਲੀਚਾ ਜੱਪਣ ਲੱਗ ਪਿਆ ਸੀ। ਜਿਸ ਤੋਂ ਜ਼ਾਬਦਾ ਸੀ ਹੈਡ ਮੰ ਲਈ ਜ਼ਰੂਰੀ ਕਾਲੀਨ ਦੀ ਬੁਣਤਰ ਤੋਂ ਜਾਣੂ ਹੋਏਗਾ ਕੁਝ ਐਸੀ ਟੁਕਵੀਂ ਵਿਉਂਤ ਨਾਲ ਉਹਨੇ ਕਿਆਰੀਆਂ ਦੀ ਕਾਟ ਕਰਕੇ ਉਹਨਾਂ ਵਿੱਚ ਵੱਖੋ-ਵੱਖ ਰੰਗਾਂ ਦੇ ਫੁੱਲ ਲਗਾਏ ਉਹਦੀ ਕਾਰੀਗਰੀ ਦਾ ਸਭ ਤੋਂ ਵੱਡਾ ਕਮਾਲ ਇਹ ਸੀ ਕਿ ਹਰ ਕਿਆਰੀ ਵੱਖੋ-ਵੱਖ ਰੰਗਾਂ ਦੇ ਗੁਲਾਬ ਚ ਘਿਰੀ ਹੋਈ ਸੀ ਜਿੰਨੀਆਂ ਕਿਆਰੀਆਂ ਉਹਨੀਆਂ ਗੁਲਾਬ ਦੀਆਂ ਕਿਸਮਾਂ ਕਿਆਰੀਆਂ ਦੀ ਗਿਣਤੀ ਜੇ 60-70 ਦੇ ਲਗਭਗ ਸੀ ਤਾਂ ਗੁਲਾਬ ਵੀ ਉਨੇ ਹੀ ਰੰਗਾਂ ਦਾ ਕੀ ਮਜਾਲ ਜੋ ਇੱਕ ਨਾਲ ਦੂਜਾ ਰੰਗ ਮਿਲਦਾ ਹੋਵੇ ਸਾਡੇ ਦੇਸ਼ 'ਚ ਚੇਤ ਦੇ ਮਹੀਨੇ ਨੂੰ ਮધુਮਾਸ ਕਿਹਾ ਜਾਂਦਾ ਹੈ ਜਿਦੇ ਦੋ ਅਰਥ ਨਿਕਲਦੇ ਇੱਕ ਤਾਂ ਸ਼ਹਿਦ ਦਾ ਮਹੀਨਾ ਕਿਉਂਕਿ ਇਸੇ ਰੁੱਤੇ ਸ਼ਹਿਦ ਦੀਆਂ ਮੱਖੀਆਂ ਆਪਣੇ ਛੱਤਿਆਂ ਨੂੰ ਸ਼ਹਿਦ ਨਾਲ ਭਰਪੂਰ ਕਰਦੀਆਂ ਨੇ ਤੇ ਦੂਜਾ ਅਰਥ ਹੈ ਮਦਕਤਾ ਭਰਿਆ ਮਧੁਰਤਾ ਨਾਲ ਛਲਕਦਾ ਮਸਤੀ ਦੇ ਰੰਗ ਵਿੱਚ ਰੁੱਤਾਂ ਹੋਇਆ ਮਹੀਨਾ ਜਦੋਂ ਫਲਦਾਰ ਦਰਖਤਾਂ ਨੂੰ ਬੂਰ ਪੈਂਦਾ ਜਦੋਂ ਪੱਤੇ ਛੱਡਦੀ ਰੋਲੀ ਹੋਈ ਬਨਸਪਤੀ ਵਿੱਚੋਂ ਨਵੀਆਂ ਲਗਰਾਂ ਫੁੱਟਦੀਆਂ ਨੇ ਜਦੋਂ ਨੰਗੇ ਬਲ ਪੁਸ਼ਪਕੁੰਜਾਂ ਦੀਆਂ ਝਾੜੀਆਂ ਹੀ ਫੁੱਲਾਂ ਦੇ ਬੋਝ ਨਾਲ ਜੋ ਬਨਾਈਆਂ ਜਾਂਦੀਆਂ ਨੇ ਬਲਕਿ ਪਸ਼ੂ ਵੀ ਕਾਮਦੇਵ ਦੇ ਪੁਸ਼ਪ ਬਾਣਾ ਦੇ ਅਸਰ ਤੋਂ ਅਛੂਤੇ ਨਾ ਰਹਿ ਕੇ ਆਪੋ ਆਪਣੇ ਜੋੜਿਆਂ ਨਾਲ ਕਲੋਲ ਕਰਨ ਲੱਗਦੇ ਨੇ ਪੰਛੀਆਂ ਅੰਦਰ ਵੀ ਸੰਤਾਨ ਪ੍ਰਾਪਤੀ ਦੀ ਕਾਮਨਾ ਜਾਗ ਉੱਠਦੀ ਹੈ ਤੇ ਆਪਣੀ ਆਉਣ ਵਾਲੀ ਸੰਤਾਨ ਦੀ ਜ਼ਿੰਮੇਵਾਰੀ ਨਿਭਾਉਣ ਵਜੋਂ ਉਹ ਗੇਤਰੀ ਪਵਨ ਨਿਰਮਾਣ ਮਤਲਬ ਆਲਣੇ ਬਣਾਉਣ ਲਈ ਤਿੰਨਕੇ ਚੁਗਣ ਲੱਗ ਪੈਂਦੇ ਨੇ ਇਤਿਸ਼ਾ ਮਾਨੇ ਨਹੀਂ ਦਿਨੀ ਹੁਲਾਸ ਨਾਲ ਭਰਿਆ ਪੂਰਿਆ ਹੋਇਆ ਸੀ ਡੇਢ ਸਾਲ ਪਰਿਸ਼ਰਮ ਦਾ ਫਲ ਰੂਪ ਮੈਂ ਕਦੀ ਫੁੱਲ ਗਾਰ ਫੁੱਲ ਵਾੜੀ ਨੂੰ ਵੇਖ-ਵੇਖ ਕੇ ਉਹ ਰੱਜਦਾ ਨਹੀਂ ਸੀ ਕਈ ਵਾਰੀ ਅਕਸਰ ਰਾਤੇ ਪ੍ਰਭਾਤੇ ਉੱਠ-ਉੱਠ ਕੇ ਉਹ ਬਾੜੀ ਵਿੱਚ ਜਾ ਖਲੋਂਦਾ ਤੇ ਕਿੰਨਾ ਕਿੰਨਾ ਚਿਰ ਉਹਦੀ ਨਜ਼ਰ ਉਸ ਕੁਦਰਤੀ ਕਾਲੀ ਨੂੰ ਤੇ ਜਮੀ ਰਹਿੰਦੀ ਕਮਰਾ ਉਹਦਾ ਇਤਫਾਕ ਨਾਲ ਹੈਵੀ ਦਮੰਜਲੇ ਤੇ ਉਸ ਪਾਸੇ ਵੱਲ ਸੀ ਜਿੱਦੀਆਂ ਬਾੜੀਆਂ ਥਾਣੀ ਨਾ ਕੇਵਲ ਫੁੱਲਵਾੜੀ ਦਾ ਹਰ ਇੱਕ ਕੋਨਾ ਸਪਸ਼ਟ ਦਿਖਾਈ ਦਿੰਦਾ ਸੀ ਬਲਕਿ ਫੁੱਲਵਾੜੀ ਵੱਲ ਆਉਂਦੀ ਸੁਗੰਧਤ ਹਵਾ ਦੇ ਝੌਂਕੇ ਵਿੱਚ ਸਿੱਧੇ ਉਹਦੇ ਕਮਰੇ ਤੱਕ ਪਹੁੰਚਦੇ ਸਨ ਸਵੇਰ ਦੀ ਸੈਰ ਦਾ ਭਾਵੇਂ ਉਹ ਚਿਰੁਕਾਦੀ ਸੀ ਪਰ ਇਧਰ ਜਦ ਤੋਂ ਉਹਦੇ পুষ্পਕੁੰਜ ਨੂੰ ਜਵਾਨੀ ਚੜ੍ਹਨੀ ਸ਼ੁਰੂ ਹੋਈ ਖਾਸ ਕਰਕੇ ਚੇਤਰ ਦੇ ਮਹੀਨੇ ਤਾਂ ਤੋਂ ਦਾ ਨਿਯਮ ਕਈ ਵਾਰ ਟੁੱਟ ਜਾਂਦਾ ਪ੍ਰਭਾਤ ਵੇਲੇ ਜਦੋਂ ਬਾਰੀ 'ਚ ਬੈਠਾ ਫੁੱਲਾਂ ਦਾ ਨਜ਼ਾਰਾ ਲੈ ਰਿਹਾ ਹੁੰਦਾ ਤਾਂ ਉਹਨੂੰ ਜਿਵੇਂ ਤਨ ਬਦਨ ਦੀ ਹੋਸ਼ ਨਾ ਰਹਿੰਦੀ ਇਸੇ ਕਰਕੇ ਕਈ ਵਾਰੀ ਉਸੇ ਸੈਰ ਵੱਲੋਂ ਵੀ ਅਵੇਸਲਾ ਹੋ ਜਾਂਦਾ ਧੰਨਵਾਦ